ਇਹਨਾਂ ਖਬਰਾਂ ਦੇ ਪ੍ਰਯੋਜਕ ਹਨ। ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ। ਸੂਬੇ ਵਿੱਚ ਆਏ ਦਿਨ ਹੀ ਲੜਾਈ ਝਗੜੇ ਅਤੇ ਦਹਿਸ਼ਤ ਭਰੀਆਂ ਖਬਰਾਂ ਸੁਣਦੇ ਆ। ਹਾਲ ਹੀ ਦੇ ਵਿੱਚ ਇੱਕ ਅਜਿਹਾ ਸਮਾਚਾਰ ਮਿਲਿਆ ਹੈ ਜ਼ਿਲ੍ਹਾ ਅੰਮ੍ਰਿਤਸਰ ਤੋਂ, ਜਿੱਥੇ ਇੱਕ ਪੁਰਾਣੀ ਰੰਜਿਸ਼ ਦੇ ਤਹਿਤ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੂਰਾ ਮਾਮਲਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਅਧੀਨ ਆਉਂਦੇ ਇਲਾਕਾ ਇੰਦਰ ਕਲੋਨੀ ਦਾ ਹੈ, ਜਿੱਥੇ ਦੇ ਵਾਸੀ ਅਮਰਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਦੇ ਘਰੇ ਦੇਰ ਰਾਤ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਗੇਟ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਪੁਰਾਣੀ ਰੰਜਿਸ਼ ਦੇ ਤਹਿਤ ਕੀਤਾ ਗਿਆ ਜੋ ਕਿ ਅਮਰਜੀਤ ਸਿੰਘ ਦੇ ਬੇਟੇ ਅਮਨਦੀਪ ਸਿੰਘ ਨਾਲ ਉਹਨਾਂ ਦੇ ਪੁਰਾਣੇ ਝਗੜੇ ਨੂੰ ਲੈ ਕੇ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਨੇ ਸਾਜਨ ਨਾਮ ਦੇ ਵਿਅਕਤੀ ਕੋਲੋਂ 28,000 ਰੁਪਏ ਲੈਣੇ ਸਨ ਜੋ ਕਿ ਉਸ ਵੱਲੋਂ ਨਹੀਂ ਦਿੱਤੇ ਜਾ ਰਹੇ ਸੀ, ਬਲਕਿ ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਕੋਲੋਂ ਮੋਬਾਈਲ ਫੋਨ ਸਮੇਤ 45,000 ਰੁਪਏ ਵੀ ਖੋਲੇ ਗਏ ਸਨ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ, ਜੋ ਮਾਮਲਾ ਪੁਲਿਸ ਕੋਲ ਚੱਲ ਰਿਹਾ ਹੈ। ਇਸੇ ਪੁਰਾਣੀ ਰੰਜਿਸ਼ ਦੇ ਤਹਿਤ ਉਹਨਾਂ ਨੇ ਇੱਕ ਵਾਰ ਫਿਰ ਸਾਡੇ ਘਰ ਤੇ ਹਮਲਾ ਕੀਤਾ। ਗੱਲ ਇਹੋ ਹੀ ਹੋਈ ਆ ਵੀ ਇਹਨੇ ਪੈਸੇ ਲੈਣੇ ਸੀ ਮੁੰਡੇ ਨੇ, ਅਮਨ ਨੇ ਉਹਦੇ ਕੋਲ ਆਪਣਾ ਸਾਜਨ ਕੋਲ ਪੈਸੇ ਲੈਣੇ ਸੀਗੇ 28,000 ਰੁਪਇਆ, ਅਤੇ ਇਸੇ ਗੱਲੋਂ ਰੰਜਿਸ਼ ਨਾਲ ਇਹਦੇ ਦੁਆਲੇ ਹੋ ਗਏ ਕੁੱਟਣ ਮਾਰਿਆ। ਇਹਦੇ ਪੈਸੇ ਵੀ ਇਹਦੇ ਕੋਲ ਰੁਪਇਆ 40-45,000 ਰੁਪਇਆ ਸੀ, ਇਹ ਜਮ੍ਹਾਂ ਕਰਾਉਣ ਚੱਲਿਆ ਸੀ। ਜਿੰਮੀ ਦੀ ਮਤਲਬ ਤਨਖਾਹ ਸੀਗੀ, ਇਹ ਜਮ੍ਹਾਂ ਕਰਾਉਣ ਚੱਲਿਆ ਸੀ ਅਤੇ ਉਹਨੇ ਰਾਜ ਮਤਲਬ ਕਿ ਇਹਨੂੰ ਪੈ ਗਏ ਰਾਤੀ ਕੀ ਹੋਇਆ ਹਾਂਜੀ ਰਾਤੀ ਇੱਟ ਵੱਟਾ ਚਲਾ ਕੇ ਰੋੜੇ ਵੱਟੇ ਚਲਾ ਕੇ ਸਾਰੇ ਇੱਥੇ ਬੜਾ ਗਲਾਮ ਗਲਮ ਦਾ ਬੜਾ ਕੱਢ ਵੀ ਗਏ। ਇਹਦੇ ਰੋਟੀ ਖਾਣ ਲੱਗਿਆ ਇੱਡੀ ਰੋਟੀ ਵੀ ਪਿੱਛੇ ਰਹਿ ਗਈ, ਉੱਥੇ ਸਭ ਕੁਝ ਰਹਿ ਗਿਆ। ਰਾਤੀ ਇੱਕ ਡੇਢ ਦੋ ਵਜੇ ਉੱਧਰ ਚੌਕੀ ਹੋਏ ਇੱਕ ਵਜੇ ਆਣ ਕੇ ਰੋਟੀ ਖਾਧੀ। ਉੱਥੇ ਇਸ ਮੌਕੇ ਨੌਜਵਾਨ ਦੀ ਮਾਂ ਵਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਸਾਜਨ ਨਾਮ ਦੇ ਵਿਅਕਤੀ ਨਾਲ ਕੋਈ ਲੜਾਈ ਨਹੀਂ ਸੀ, ਬਸ ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਨੇ ਉਸ ਕੋਲੋਂ 28,000 ਰੁਪਏ ਲੈਣੇ ਸੀ ਜੋ ਕਿ 3 ਸਾਲ ਤੱਕ ਨਹੀਂ ਦਿੱਤੇ ਗਏ, ਬਲਕਿ ਅਮਨਦੀਪ ਨਾਲ ਕੁੱਟਮਾਰ ਕਰਕੇ ਫੋਨ ਅਤੇ ਪੈਸੇ ਖੋ ਲਏ ਗਏ ਸਨ, ਜਿਸ ਦਾ ਮਾਮਲਾ ਉਹਨਾਂ ਦਰਜ ਕਰਵਾਇਆ ਸੀ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਉੱਤੇ ਕੇਸ ਵਿੱਚ ਰਾਜ਼ੀਨਾਮੇ ਲਈ ਕਿਹਾ ਜਾ ਰਿਹਾ ਅਤੇ ਦਬਾਅ ਬਣਾਉਣ ਲਈ ਹੀ ਇਹ ਹਮਲਾ ਕੀਤਾ ਗਿਆ ਹੈ। ਉਹਨਾਂ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਇਹਨਾਂ ਕੋਲੋਂ ਖਤਰਾ ਹੈ। ਸਾਡੇ 9 ਮਹੀਨੇ ਤੋਂ ਲੜਾਈ ਹੋਈ ਸੀ ਅਤੇ ਉਹ ਦੂਜੇ ਮੜਾ ਆਏ ਤੇ ਮੁੰਡੇ ਮੇਰੇ ਕੋਲੋਂ 45,000 ਰੁਪਈਆ ਅਤੇ ਮੋਬਾਈਲ ਖੋਹ ਲਿਆ, ਨਾਲੇ ਸੱਟਾਂ ਸੁੱਟਾਂ ਮਾਰੀਆਂ 5-7 ਜਾਣਿਆਂ ਨੇ, ਹਨੀ ਆ, ਰਵੀ ਆ, ਨਾਲ ਭੌਂਕਾ ਸੀ ਜਿਹਨੂੰ ਸਾਜਨ ਕਹਿੰਦੇ ਆ ਉਹੀ, ਅਤੇ ਬਾਅਦ ਵਿੱਚ ਉਹ ਤਾਂ ਚੱਲ ਅਸੀਂ ਦਰਖਾਸਤ ਦਿੱਤੀ ਅਤੇ ਉਸ ਤੋਂ ਬਾਅਦ ਮੁੜ ਕੇ ਫਿਰ ਇਹ ਝੂਠੇ ਪਰਚੇ ਸਾਡੇ 'ਤੇ ਪਾਈ ਜਾਣ ਡੇ ਸੀ। ਹੁਣ ਅਸੀਂ ਆਉਂਦੇ ਉਹ ਆਉਂਦੇ ਰਾਜ਼ੀਨਾਮਾ ਕਰੋ, ਅਸੀਂ ਰਾਜ਼ੀਨਾਮਾ ਕਿੱਦਾਂ ਕਰ ਲਈਏ? ਕੱਲ੍ਹ ਆਪਣੇ ਆਪ ਹੀ ਆਏ ਆ, ਕਿਸੇ ਮੁੰਡਿਆਂ ਨੂੰ ਪੁੱਛਦੇ ਆ ਕਿ ਬਾਬਾ ਨਹੀਂ 2 ਦਿਨ ਦਾ ਹੋ ਗਿਆ ਦੇਖਦਾ ਨਹੀਂ ਆ, ਅਤੇ ਕਿੱਥੇ ਗਿਆ ਵਾ? ਇਹ ਦਿੱਲੀ ਗਿਆ ਸੀ ਤਰੀਕ ਭੁਗਤਣ, ਉੱਧਰ ਵੀ ਸਾਡੀ ਹੈਗੀ। ਮੁੰਡੇ ਤਾਂ ਕਾਫੀ ਆਏ ਸੀ, ਮੁੰਡੇ ਉੱਥੇ ਖਲੋਤੇ ਰਹੇ, 8-7 ਜਣੇ ਇੱਥੇ ਆਏ ਆ। ਵਜ੍ਹਾ ਕੀ ਲੜਾਈ ਦੀ? ਵਜ੍ਹਾ ਇਹੋ ਹੀ ਪਹਿਲੀ ਜਿਹੜੀ ਵੀ, ਉਹ ਆਉਂਦੇ ਰਾਜ਼ੀਨਾਮਾ ਕਰੋ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਹਨਾਂ ਦੱਸਿਆ ਕਿ ਅਤਿੰਦਰ ਸਿੰਘ ਹਨੀ, ਸਾਜਨ ਅਤੇ ਰਵੀ ਦੇ ਨਾਲ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹਨਾਂ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ, ਪੁਲਿਸ ਅਗਲੇਰੀ ਕਾਰਵਾਈ ਵਿੱਚ ਲੱਗ ਗਈ ਹੈ। ਇਹ ਰਾਤੀ ਅਮਰਜੀਤ ਸਿੰਘ ਅੰਬਾ ਨੇ ਦਰਖਾਸਤ ਦਿੱਤੀ ਆ ਮੇਰੇ ਆਪਣਾ ਸਾਡੇ ਘਰ ਆਣ ਕੇ, ਜਾਂ ਅਤਿੰਦਰ ਸਿੰਘ ਹਨੀ ਉਹਦੇ ਭਰਾ ਰਵੀ ਅਤੇ ਇੱਕ ਸਾਜਨ ਨਾਂ ਅਤੇ ਕੁਝ ਹੋਰ 2-3 ਮੁੰਡੇ ਆਪਣਾ ਅਣਪਛਾਤੇ ਜਿਨ੍ਹਾਂ ਨੇ ਸਾਡੇ ਘਰ ਆਣ ਕੇ ਬੋਤਲਾਂ ਮਾਰੀਆਂ। ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋ ਚੁੱਕਾ ਵਾ, ਅਮਨਦੀਪ ਦੇ ਖਿਲਾਫ ਵੀ ਪਰਚਾ ਦਰਜ ਆ, ਅਤੇ ਆਪਣਾ ਵੀ ਇਹਨਾਂ ਦੇ ਉਹਨਾਂ ਦੇ ਘਰ ਦੇ ਆਣ ਕੇ ਫਾਇਰਿੰਗ ਕੀਤੀ ਆ, 336 ਦਾ ਪਰਚਾ ਦਰਜ ਆ, ਜਿਹਨਾਂ ਬਾਅਦ ਇਹਨਾਂ ਬਾਰੇ ਰੇਡ ਵੀ ਕੀਤੇ ਜਾ ਰਹੇ, ਹਨੀ ਅਮਨ ਜਿਹੜਾ ਮਿਲ ਨਹੀਂ ਰਿਹਾ। ਇਹ ਇਹਨਾਂ ਦੇ ਦੋਵਾਂ ਧਿਰਾਂ ਦੇ ਖਿਲਾਫ 2-2, 3-3 ਪਰਚੇ ਦਰਜ ਆ ਅਤੇ ਪੜਤਾਲ ਚੱਲ ਰਹੀ ਹੈ। ਸੀਸੀਟੀਵੀ ਉਹਨਾਂ ਨੇ ਹਾਲੇ ਦਿੱਤੀ ਨਹੀਂ, ਸੀਸੀਟੀਵੀ ਆਪਾਂ ਖੰਗਾਰ ਰਹੇ ਹਾਂ, ਪਰ ਸੀਸੀਟੀਵੀ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਅਮਲ 'ਚ ਲੈਂਦੀ ਜਾਊਗੀ। ਹੁਣ ਵੇਖਣਾ ਹੀ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਦੋਂ ਤੱਕ ਪੂਰੀ ਕਰਦੀ ਹੈ ਤੇ ਜਾਂਚ ਦੌਰਾਨ ਹੋਰ ਕੀ ਖੁਲਾਸੇ ਹੁੰਦੇ ਨੇ। ਅੰਮ੍ਰਿਤਸਰ ਤੋਂ PBC ਨਿਊਜ਼ ਲਈ ਗੁਰਿੰਦਰ ਸਿੰਘ ਦੀ ਰਿਪੋਰਟ। ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ।